हेलो जी, सत श्री अकाल, नमस्ते, आदाब दे। मैं हाजिर एक बार फिर थोड़ा अपना हरमन प्यारा प्रोग्राम लेके पब्लिक मस्ती त्याओ फिकर दियां गल्लां बातां स्टूडेंट्स दे नाल। सेंट सोल्जर लॉ कॉलेज दे विच बहुत सारे स्टूडेंट ने और बहुत सारी गर्ल्स ने जिन्हां ने अज अपने मन दी गल करनी है जी पब्लिक मस्ती विच। आजो चलिए। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਵਧੀਆ ਮੈਮ, ਤੁਸੀਂ ਸੁਣਾਓ? ਕਿਹੜੇ ਬੈਚ ਪੜ੍ਹਦੇ ਹੋ ਜੀ? BA LLB। BA LLB ਯਾਨੀ ਕਿ ਮੁੰਡਾ ਵਕੀਲਾਂ ਦਾ। ਵੈਰੀ ਨਾਈਸ। ਤੇ ਕੀ ਫੇਰ ਕਹਿਣਾ ਚਾਹੋਗੇ? ਸਾਡਾ ਪ੍ਰੋਗਰਾਮ ਚੱਲ ਰਿਹਾ ਪਬਲਿਕ ਮਸਤੀ। ਮੈਂ ਆਪਣੇ ਯਾਰਾਂ ਬਾਰੇ ਕਹਾਂਗਾ ਜੋ। ਵੈਰੀ ਨਾਈਸ, ਵੈਰੀ ਨਾਈਸ। ਜਿੰਨੇ ਵੀ ਹੈਗੇ ਨੇ ਸਾਰੇ ਬਹੁਤ ਵਧੀਆ ਨੇ। ਇੱਕ ਦੂਜੇ ਨਾਲ ਆਪਾਂ ਰਲ ਕਰੀਦਾ, ਇੰਜੋਏ ਕਰੀਦਾ, ਫੁੱਲ ਮਸਤੀ ਕਰੀਦੀ ਹੈ। ਹੁਣ ਵੀ ਪ੍ਰੋਗਰਾਮ ਹੋਇਆ ਅੰਦਰ, ਫੁੱਲ ਨੱਚ ਕੇ ਆਏ ਹਾਂ, ਇੰਜੋਏ ਕਰਕੇ ਆਏ ਹਾਂ। ਬਸ ਇਹੀ ਚਾਹੁੰਦਾ ਕਿ ਹਮੇਸ਼ਾ ਖੁਸ਼ ਰਹਿਣ ਅਤੇ ਹੱਸਦੇ ਵੱਸਦੇ ਰਹਿਣ ਹਮੇਸ਼ਾ। ਹਾਂਜੀ, ਕਹਿੰਦੇ ਨੇ ਯਾਰਾਂ ਦੇ ਯਾਰ ਅਤੇ ਦਿਲਦਾਰਾਂ ਦਿਲਦਾਰ, ਇਹਨਾਂ ਦੇ ਨਾਲ ਹੁੰਦੀ ਹੈ ਜੀ ਬਹਾਰ ਅਤੇ ਯਾਰੀਆਂ ਬਣੀਆਂ ਰਹਿਣੀਆਂ ਚਾਹੀਦੀਆਂ ਨੇ। ਕੀ ਕਹਿਣਾ ਚਾਹੁੰਦੇ ਹੋ ਜੀ ਆਪਣੇ ਫਰੈਂਡ ਸਰਕਲ ਲਈ? ਮੈਡਮ, ਆਹੀ ਕਿ ਯਾਰਾਂ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ। ਔਖੇ ਟਾਈਮ 'ਤੇ ਆਹੀ ਖੜਦੇ ਆ, ਕੁੜੀਆਂ ਗਾੜੀਆਂ ਨਹੀਂ ਖੜਦੀਆਂ ਹੈਗੀਆਂ। ਯਾਰ ਹੀ ਹੈ ਸਭ, ਜੋ ਹੈ ਰੱਬ ਵੀ ਇਹੀ ਨੇ, ਸਭ ਕੁਛ ਇਹੀ ਹੈ। ਕਿਆ ਬਾਤ ਹੈ ਜੀ, ਯਾਰਾਂ ਅਤੇ ਦਿਲਦਾਰਾਂ ਦੀ ਗੱਲ ਹੋ ਰਹੀ ਹੈ ਜੀ। ਕੀ ਕਹਿਣਾ ਚਾਹੋਗੇ ਆਲ ਫਰੈਂਡ? ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ। ਮੈਡਮ ਬਹੁਤ ਹੱਸਾ ਮਜ਼ਾਕ ਕਰੀਦਾ ਅਤੇ ਉਹ ਬੰਦਾ ਸਭ ਤੋਂ ਵੱਧ ਗੁੱਸਾ ਕਰ ਲੈਂਦਾ ਅਤੇ ਇਹਦਾ ਨੇਚਰ ਪਤਾ ਨਹੀਂ ਕਿਉਂ ਇੱਦਾਂ ਦਾ ਰੂਟ ਜਾ ਵਾ, ਸਾਨੂੰ ਅਜੇ ਤੱਕ ਨਹੀਂ ਪਤਾ ਲੱਗਾ ਅਤੇ ਕੁਝ ਕੀਤਾ ਜਾਵੇ, ਬੰਦਾ ਸਹੀ ਹੋਵੇ ਥੋੜ੍ਹਾ। ਕਹਿੰਦੇ ਨੇ ਜੀ, ਉਦੋਂ ਪੱਗ ਬੰਨੀ ਉੱਤੇ ਬੜਾ ਮਾਣ ਆਉਂਦਾ ਜਦੋਂ ਕਹਿ ਕੇ ਕੋਈ ਸਰਦਾਰ ਜੀ ਬੁਲਾਉਂਦਾ। ਅਤੇ ਸਤਿ ਸ਼੍ਰੀ ਅਕਾਲ ਜੀ, ਅੱਜ ਸਰਦਾਰੀਆਂ ਦੀ ਗੱਲ ਕੀਤੀ ਜਾਏਗੀ ਜੀ, ਨਾਲ ਦੀ ਨਾਲ ਦਿਲਦਾਰੀਆਂ ਦੀ ਗੱਲ ਕੀਤੀ ਜਾਏਗੀ। ਕਿਹੜਾ ਬੈਚ ਹੈ ਤੁਹਾਡਾ? ਹਾਂਜੀ, ਮੈਨੂੰ ਸੈਕਿੰਡ ਬੈਚ। ਓਕੇ, ਤੁਹਾਡਾ? 2023। ਮੇਰਾ ਪਲੱਸ ਟੂ ਕਰਦਾ। ਓਕੇ, ਫੈਮਿਲੀ 'ਚ ਕੌਣ ਕੌਣ ਹੈ? ਫੈਮਿਲੀ 'ਚ 7 ਜਣੇ ਆ ਜੀ। ਓਕੇ, 7 ਜਣੇ ਬ੍ਰਦਰ ਸਿਸਟਰ ਫੈਮਿਲੀ ਕੇ ਮਦਰ ਫੈਮਿਲੀ ਸਾਰੀ ਫੈਮਿਲੀ ਆ। ਓਕੇ, ਬਾਕੀ ਕੀ ਕਰਦੇ ਨੇ? ਬਾਕੀ ਕੁਛ ਨਹੀਂ, ਘਰੇ ਕੰਮ ਕਰਦੇ। ਹੋਰ ਕਰਦੇ? ਓ ਮਾਈ ਗੋਡ, ਪੜਦਾ ਹੋਰ ਕੌਣ ਕੌਣ ਹੈ? ਪੜਦਾ ਇੱਥੇ ਹੋਰ ਕੋਈ ਨਹੀਂ, ਯਾਰ ਦੋਸਤ ਪੜਦੇ। ਨਹੀਂ, ਘਰ ਦੇ ਵਿੱਚੋਂ? ਘਰ ਤੋਂ ਕੋਈ ਨਹੀਂ ਕਰਦੇ, ਸਾਰੇ ਕੰਮ ਹੀ ਕਰਦੇ, ਪੜਦਾ ਮੈਂ ਹੀ ਆ। ਓਕੇ, ਇਕੱਲੇ ਤੁਸੀਂ ਪੜਦੇ ਹੋ? ਅੱਛਾ, ਤੁਸੀਂ ਬੋਲਣਾ ਹੈ ਸਰਦ ਸਰਦੀ ਗਰਮ ਗਰਮੀ, ਗਰਮ ਗਰਮੀ ਸਰਦ ਸਰਦੀ? ਨਹੀਂ ਨਹੀਂ, ਮੈਂ ਕਦੀ ਪਹਾੜਾ ਨਹੀਂ ਪੜਿਆ। ਪਹਾੜਾ ਜ਼ਰੂਰ ਪੜਿਆ ਕਰੋ, ਇੱਥੋਂ ਪਤਾ ਲੱਗਦਾ ਕਿ ਤੁਸੀਂ ਕਿੰਨੀ ਕਾਉਂਟਿੰਗ ਕਰਦੇ ਹੋ। ਹਾਂਜੀ ਜੀ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜਨਾਬ। ਸਤਿ ਸ਼੍ਰੀ ਅਕਾਲ, ਪੱਗ ਬੰਨਦਾ ਜੀ ਹੁਣੇ ਮੁੜ ਵਾਲੀ ਨੀ, ਹੇਠ ਘੋੜਾ ਮੋਢੇ ਤੇ ਦਨਾਲੀ ਨੀ, ਪੱਗ ਬੰਨਦਾ ਜੀ ਹੁਣੇ ਮੁੜ ਵਾਲੀ ਨੀ, ਜਿਹਦੀ ਪੱਚੀਆਂ ਪਿੰਡਾਂ ਚ ਸਰਦਾਰੀ ਨੀ, ਲਾਲੀ ਇਹੋ ਜਿਹੇ ਵੇਲੀ ਨਾਲ ਯਾਰੀ ਨੀ। ਉਹ ਕਹਿੰਦੇ DCP ਸਲੂਟ ਉਹਨੂੰ ਮਾਰਦਾ, ਉਹ DCP ਸਲੂਟ ਉਹਨੂੰ ਮਾਰਦਾ, ਪੈਰਾਂ 'ਚ ਥਾਣੇਦਾਰ ਰੋਲਦਾ, ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ, ਉਹ ਤੂੰ ਨੀ ਬੋਲਦੀ ਬੋਲਦੀ ਤੂੰ ਨੀ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ, ਯਾਰ ਬੋਲਦਾ ਜੀ। ਬਿੰਦਰਖੀਆ ਸਾਹਿਬ ਦਾ ਗੀਤ ਔਰ ਬਹੁਤ ਜ਼ਿਆਦਾ ਫੇਮਸ ਗੀਤ ਹੈ, ਸਾਡੇ ਪੰਜਾਬ ਦੀ ਵਰਲਡ ਫੇਮਸ ਆਵਾਜ਼ ਹੈ। ਔਰ ਨਾਲ ਦੀ ਨਾਲ ਗੱਲਬਾਤ ਕਰਨਾ ਚਾਹਾਂਗੇ ਹੋਰ ਬੋਇਜ਼ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਰੋਹਿਤ। ਰੋਹਿਤ, ਕੀ ਸੁਣਾਉਣਾ ਚਾਹੋਗੇ ਜੀ ਪਬਲਿਕ ਮਸਤੀ ਵਿੱਚ? ਹੱਲੇ ਦਾ ਜੀ ਠੀਕ ਹੈ ਜੀ, ਸਭ ਕੁਝ। ਓਕੇ, ਫਿਰ ਤੁਸੀਂ ਬੋਲਣਾ ਹੈ ਪਬਲਿਕ ਮਸਤੀ? ਪਬਲਿਕ ਮਸਤੀ, ਵੈਰੀ ਨਾਈਸ। ਤੇ ਆਪਣੇ ਤਾੜੀਆਂ, ਕੀ ਕਹਿਣਾ ਚਾਹੋਗੇ ਆਪਣੇ ਫਰੈਂਡ ਸਰਕਲ ਲਈ? ਫਰੈਂਡ ਸਰਕਲ ਆਹੀ ਜੀ, ਮਿਹਨਤ ਕਰੋ, ਕਾਮਯਾਬੀ ਮਿਲੂਗੀ। ਕਿਆ ਬਾਤ ਹੈ ਜੀ, ਬਹੁਤ ਸੋਹਣੀ ਗੱਲ ਹੈ। ਮੈਸੇਜ ਵੀ ਹੈ, ਮਿਹਨਤ ਕਰੋ, ਕਾਮਯਾਬੀ ਮਿਲੇਗੀ, ਕਾਮਯਾਬੀ ਤੁਹਾਡੇ ਤੁਹਾਨੂੰ ਪਿੱਛੇ ਪੈ ਕੇ ਮਿਲੇਗੀ ਜੇ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਹੋ। ਅਤੇ ਹੋਰ ਵੀ ਕਰਨੀ ਚਾਹਾਂਗੇ ਕਿਸੇ ਹੋਰ ਦੇ ਨਾਲ ਗੱਲਬਾਤ, ਤੇ ਆਜੋ ਆਜੋ ਫਟਾਫਟ ਆਜੋ ਜੀ। ਟੈਨ ਟੈਣਾ, ਇਹ ਕੱਕੀਆਂ ਮੁੱਛਾਂ ਵਾਲਾ ਮੁੰਡਾ ਕੀ ਕਹਿ ਰਿਹਾ ਸੀ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਨਾਮ ਮੇਰਾ ਨਵਦੀਪ ਸਿੰਘ। ਨਵਦੀਪ ਸਿੰਘ, ਕਿਹੜੀ ਕਲਾਸ ਪੜ੍ਹਦੇ ਹੋ? ਮੈਂ ਜੀ BTECH ਸੀ, ਅਸੀਂ 4th ਈਅਰ 'ਚ। ਓ ਮਾਈ ਗੋਡ, ਓਕੇ। ਕੀ ਕਹਿਣਾ ਚਾਹੋਗੇ? ਸਾਡਾ ਸ਼ੋਅ ਚੱਲਦਾ ਪਬਲਿਕ ਮਸਤੀ। ਕੁਛ ਨਹੀਂ, ਪਬਲਿਕ ਮਸਤੀ 'ਚ ਮਸਤੀ ਕਰੋ, ਹੋਰ ਕੀ ਕਹਿਣਾ ਜੀ? ਕੀ ਬਾਤ ਹੈ, ਪਬਲਿਕ ਮਸਤੀ 'ਚ ਮਸਤੀ ਕਰੋ। ਅਤੇ ਮਸਤੀ ਦੀ ਗੱਲ ਕਰਦੇ ਹਾਂ, ਅਸੀਂ ਹਰ ਬੋਇਜ਼ ਤੋਂ ਯਾਰਾਂ ਬਾਰੇ ਪੁੱਛਦੇ ਹਾਂ, ਦਿਲਦਾਰਾਂ ਬਾਰੇ ਪੁੱਛਦੇ ਹਾਂ। ਤੁਸੀਂ ਆਪਣੀ ਯਾਰਾਂ ਦਿਲਦਾਰਾਂ ਬਾਰੇ ਕੀ ਕਹਿਣਾ ਚਾਹੋਗੇ? ਯਾਰ ਜੀ, ਯਾਰ ਹੀ ਸਾਰਾ ਕੁਛ ਹੈ ਜੀ। ਇੱਕ ਵਾਰੀ ਮਾਰੀ ਦੇ ਆਉਂਦੇ ਯਾਰ, ਉਹ ਖੜੇ ਜੀ ਪਿੱਛੇ ਮੇਰੇ ਯਾਰ, ਮਾਰੋ ਕੈਮਰਾ ਉਹਨਾਂ ਨਾਲ ਵੀ ਮਾੜਾ ਜਿਹਾ। ਆਹ ਦੇਖੋ ਭਰਾ ਵੱਡਾ ਵੀ ਖੜਾ ਜੀ। ਓਕੇ, ਹਾਂਜੀ। ਅੱਛਾ, ਸਭ ਨਾਲੋਂ ਜ਼ਿਆਦਾ ਜਾਦੂ ਕਿੱਥੇ ਹੁੰਦਾ ਹੈ? ਇਹਦੇ ਦਿਲ 'ਚ ਹੀ ਹੁੰਦਾ ਜੀ ਜਾਦੂ ਸਭ ਤੋਂ ਜ਼ਿਆਦਾ ਤਾਂ। ਅੱਛਾ ਜੀ, ਹਾਂਜੀ। ਕਿੰਨੇ ਕੀਤਾ? ਇਹ ਨਵਾਂ ਨਵਾਂ ਹੁੰਦਾ ਜੀ, ਇੱਦਾਂ ਇੱਕ ਨਹੀਂ ਹੈਗਾ,
ਮੇਰਾ ਜਾਦੂ ਤੂੰ ਮਰ ਜਾਦੂਗਰ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਉਦੇ ਉਦੇ ਕੀ ਕਹਿਣਾ ਚਾਹੋਗੇ ਜੀ ਪਬਲਿਕ ਮਸਤੀ ਵਿੱਚ ਅਸੀਂ ਮਸਤੀ ਵਾਲੀਆਂ ਗੱਲਾਂ ਕਰਦੇ ਹਾਂ ਮਸਤੀ ਵਾਲੀ ਗੱਲਾਂ ਜੀ ਹੁਣ ਪਬਲਿਕ ਮਸਤ ਰਹਿੰਦੀ ਆ ਹਾਂ ਮਸਤੀ 'ਚ ਰਹਿਣਾ ਪੈਣਾ ਫਿਰ ਸੋ ਗੱਲਾਂ ਬਾਤਾਂ ਕਰਨਾ ਚਾਹਾਂਗੇ ਗਰਲਸ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਤੁਸੀਂ ਗੀਤ ਵੀ ਸੁਣਾ ਸਕਦੇ ਹੋ ਚੁਟਕਲਾ ਵੀ ਸੁਣਾ ਸਕਦੇ ਹੋ ਆਪਣੀ ਫੈਮਿਲੀ ਲਈ ਵੀ ਕੁਝ ਕਹਿ ਸਕਦੇ ਹੋ ਓਕੇ ਆਈ ਲਵ ਮਾਈ ਫੈਮਿਲੀ ਵੈਰੀ ਨਾਈਸ ਤੁਸੀਂ ਸੌਂਗ ਕਿਹੜਾ ਸੁਣਨਾ ਚਾਹੋਗੇ ਸੁਣਾ ਦਿਓ ਜਿਹੜਾ ਤੁਸੀਂ ਸੁਣਾਓਗੇ ਜੀ ਅਸੀਂ ਸੁਣ ਲਾਂਗੇ ਚਲੋ ਠੀਕ ਹੈ ਜੀ ਤਾਂ ਭੰਗੜਾ ਪਾਗੜਾ ਹੋ ਦੂਜਾ ਸਾਵੀ ਆਵੇ ਨਾ ਤੇਥੋਂ ਵੱਖ ਹੋ ਜਾਵਾਂ ਜੇ ਤੇਰੇ ਪੈਰਾਂ ਨੂੰ ਚੁੰਮਾਂਗੀ ਕੱਖ ਹੋ ਜਾਵਾਂ ਜੇ ਤੇਰੇ ਬਿਨਾ ਜਿਉਣ ਬਾਰੇ ਕਦੇ ਸੋਚ ਨਹੀਂ ਸਕਦੀ ਮੈਂ ਬਸ ਤੇਰੀ ਹੋਣਾ ਆ ਮਰ ਕੇ ਬੇਸ਼ੱਕ ਹੋ ਜਾਵਾਂ ਵੇ ਹੋ ਦੂਜਾ ਸਾਵੀ ਆਵੇ ਨਾ ਕਿਆ ਬਾਤ ਹੈ ਜੀ ਦੂਜਾ ਸਾਹ ਵੀ ਆਵੇ ਨਾ ਸਾਹ ਉਦੋਂ ਜ਼ਰੂਰ ਆ ਜਾਂਦਾ ਜਦੋਂ ਆਪਣਾ ਸੋਹਣਾ ਪਰਿਵਾਰ ਫੈਮਿਲੀ ਸਾਹਮਣੇ ਹੋਵੇ ਅਸੀਂ ਫੈਮਿਲੀ ਦੀ ਗੱਲ ਕਰਦੇ ਹਾਂ ਅਤੇ ਫੈਮਿਲੀ ਤੁਹਾਨੂੰ ਬਹੁਤ ਜ਼ਿਆਦਾ ਸਪੋਰਟ ਵੀ ਕਰਦੀ ਹੈ ਸਟੱਡੀ ਦੇ ਵਿੱਚ ਪੜ੍ਹਾਈ ਦੇ ਵਿੱਚ ਅਤੇ ਹਮੇਸ਼ਾ ਪੜ੍ਹਿਆ ਕਰੋ ਨੰਬਰ 1 ਰਿਹਾ ਕਰੋ ਅਤੇ ਕਿਸੇ ਹੋਰ ਦੇ ਨਾਲ ਕਰਦੇ ਹਾਂ ਵੀ ਗੱਲਾਂ ਬਾਤਾਂ ਆ ਜਾਓ ਜੀ ਆ ਭਾਈ ਸ਼ੋਟ ਦਿਖਾ ਦੇਣਾ ਲੋਕ ਕੈਮਰੇ ਤੋਂ ਪਤਾ ਨਹੀਂ ਕਿਉਂ ਡਰਦੇ ਨੇ ਆਓ ਕਿਸੇ ਹੋਰ ਦੇ ਨਾਲ ਕਰਦੇ ਹਾਂ ਗੱਲਬਾਤ ਕੀ ਹਾਲ ਚਾਲ ਨੇ ਠੀਕ ਆ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਫਸਟ ਈਅਰ ਬੀ ਐਲ ਐਲ ਬੀ ਓ ਵੈਰੀ ਨਾਈਸ ਕੁੜੀ ਵਕੀਲਾਂ ਦੀ ਕੀ ਬਾਤ ਹੈ ਕੁੜੀ ਵਕੀਲਾਂ ਤੋਂ ਇੱਕ ਗੱਲ ਪੁੱਛ ਲੈਂਦੇ ਹਾਂ ਸਭ ਨਾਲੋਂ ਜ਼ਿਆਦਾ ਜਾਦੂ ਕਿੱਥੇ ਹੁੰਦਾ ਹੈ ਆਈ ਡੋਂਟ ਨੋ ਵਾਈ ਯੂ ਡੋਂਟ ਨੋ ਆਈ ਡੋਂਟ ਨੋ ਥੋੜਾ ਬਹੁਤਾ ਪਤਾ ਹੋਣਾ ਚਾਹੀਦਾ ਸਭ ਤੇ ਆ ਜਾਦੂ ਬਸ ਜਾਦੂ ਜਾਦੂ ਹੁੰਦਾ ਹਰੇ ਪਾਸੇ ਕਿੱਥੇ ਹੁੰਦਾ ਕੁਝ ਪਤਾ ਹੋਵੇ ਨਹੀਂ ਨਹੀਂ ਆਈ ਡੋਂਟ ਨੋ ਮੰਨ ਲਓ ਤੁਸੀਂ ਟੂ ਮਚ ਸਿੰਪਲ ਹੋ ਤੁਹਾਨੂੰ ਹੁਣੀ ਸੀ ਬਿਊਟੀ ਪਾਰਲਰ ਭੇਜ ਦਈਏ ਤੁਹਾਨੂੰ ਐਨ ਘੈਂਟ ਜੀ ਕੁੜੀ ਬਣਾ ਕੇ ਭੇਜ ਦੇਣਾ ਯਾਨੀ ਕਿ ਜਾਦੂ ਹੋ ਗਿਆ ਹਾਂਜੀ ਹਾਂਜੀ ਜਾਦੂ ਸਭ ਤੋਂ ਜ਼ਿਆਦਾ ਜਾਦੂ ਕਿੱਥੇ ਹੁੰਦਾ ਬਿਊਟੀ ਪਾਰਲਰ ਓਕੇ ਕੀ ਸੁਣਾਉਣਾ ਚਾਹੋਗੇ ਕੁਝ ਵੀ ਨਹੀਂ ਕੁਝ ਵੀ ਨਹੀਂ ਸੁਣਾਉਣਾ ਪਏਗਾ ਕੋਈ ਸ਼ੇਰੋ ਸ਼ਾਇਰੀ ਕੋਈ ਗਾਣਾ ਕੋਈ ਚੁਟਕਲਾ ਜਾਂ ਫਿਰ ਕੋਈ ਤੁਸੀਂ ਖਾਸ ਆਪਣੇ ਦਿਲ ਦੀ ਗੱਲ ਫੈਮਿਲੀ ਤੱਕ ਪਹੁੰਚਾਉਣਾ ਚਾਹੁੰਦੇ ਹੋ ਨੋ ਆਈ ਡੋਂਟ ਨੋ ਨਹੀਂ ਨਹੀਂ ਮੈਨੂੰ ਵੈਸੇ ਕੁਛ ਨਹੀਂ ਪਤਾ ਹੈਗਾ ਮੈਂ ਇਵੇਂ ਐਡਮਿਸ਼ਨ ਲਈ ਕਾਲਜ ਵਧੀਆ ਆ ਅਤੇ ਕਾਲਜ ਬਾਰੇ ਦੱਸੂੰਗੀ ਥੋੜ੍ਹਾ ਬਹੁਤ ਹਾਂ ਕਾਲਜ ਬਾਰੇ ਇਹ ਕਾਲਜ ਵਧੀਆ ਆ ਬਹੁਤ ਵਧੀਆ ਲੱਗਾ ਮੈਂ ਇੱਥੇ ਬੀ ਐਲ ਐਲ ਬੀ ਜੁਆਇਨ ਕੀਤੀ ਆ ਅਤੇ ਟੀਚਰ ਵੀ ਕਾਫੀ ਅੱਛੇ ਨੇ ਯਹਾਂ ਦੇ ਅਤੇ ਫਿਰ ਅੱਜ ਬਹੁਤ ਹੀ ਵਧੀਆ ਸਿੰਗਰ ਵੀ ਆਏ ਸੀ ਅਰਮਾਨ ਵਿਦੇਵ ਸੋ ਮਾਈ ਫੇਵਰੇਟ ਥੈਂਕ ਯੂ ਵੈਰੀ ਨਾਈਸ ਹਰੇਕ ਨੂੰ ਗਾਇਕੀ ਪਸੰਦ ਹੈ ਗਾਉਣਾ ਪਸੰਦ ਹੈ ਸਿੰਗਿੰਗ ਪਸੰਦ ਹੈ ਸਿੰਗਰ ਵੀ ਪਸੰਦ ਨੇ ਸਤਿ ਸ਼੍ਰੀ ਅਕਾਲ ਬ੍ਰੋ ਪਹਿਲਾਂ ਵੀ ਗੱਲ ਹੋਈ ਹੈ ਨਾ ਹਾਂਜੀ ਹਾਂਜੀ ਅਤੇ ਬਾਰ ਬਾਰ ਆ ਰਹੇ ਹੋ ਕਿਉਂ ਵੈਸੇ ਮੈਨੂੰ ਕਹੀ ਜਾਂਦੇ ਤੂੰ ਜਾ ਅਤੇ ਮੈਂ ਤਾਂ ਕਰਕੇ ਇਹ ਬੰਦਾ ਸ਼ਾਇਰੀ ਬਾਰ ਬਾਰ ਕਹੀ ਜਾਂਦੇ ਚੱਲ ਜਾ ਚਲੋ ਫਿਰ ਸ਼ਾਇਰੀ ਸੁਣਾ ਦਿਓ ਨਹੀਂ ਨਹੀਂ ਮੈਡਮ ਮੈਂ ਲੋਕਾਂ ਦੀਆਂ ਪੜੀਆਂ ਲਿਖ ਕੇ ਬੋਲਦਾ ਹੁੰਦਾ ਮੈਂ ਆਪਣੀ ਨਹੀਂ ਕੋਈ ਵੀ ਲਿਖੀ ਲੋਕਾਂ ਦੀ ਸੁਣਾ ਦਿਓ ਹੁਣ ਸਕਰੀਨ ਸ਼ੋਟ ਨਹੀਂ ਨਾ ਲਿਆ ਜੇ ਕਿਸੇ ਦਾ ਤਾਂ ਕਰਕੇ ਅਰੇ ਲੱਭਣੀਆਂ ਪੈਣੀਆਂ ਕਿਸੇ ਨਾ ਕਿਸੇ ਦੀਆਂ ਕੋਈ ਯਾਦ ਤਾਂ ਹੋਏਗੀ ਨਹੀਂ ਨਹੀਂ ਮੈਡਮ ਕੋਈ ਕਿੰਨੀ ਉਮਰ ਹੈ ਉਮਰ ਹੈਗੀ 22 ਸਾਲ 22 ਸਾਲ 'ਚ ਤਾਂ ਮੁੰਡਾ ਵੈਸੇ ਸ਼ੇਰੋ ਸ਼ਾਇਰੀ ਹਮੇਸ਼ਾ ਯਾਦ ਕਰ ਰਹਿੰਦਾ ਖੁਦ ਲਿਖਣ ਲੱਗ ਜਾਂਦਾ ਕਦੀ ਕੁਝ ਲਿਖਿਆ ਨਹੀਂ 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 ਮੈਡਮ ਮੈਂ ਕੁਝ ਨਹੀਂ ਲਿਖਿਆ ਓਕੇ ਸਭ ਨਾਲੋਂ ਜ਼ਿਆਦਾ ਜਾਦੂ ਕਿੱਥੇ ਹੁੰਦਾ ਜਾਦੂ ਮੈਡਮ ਜਿਹੜੇ ਸਕੂਲਾਂ 'ਚ ਜਿੱਦਾਂ ਜਾਦੂਗਰ ਜੇ ਆਉਂਦੇ ਸੀ ਉੱਦਾਂ ਮਤਲਬ ਮੈਨੂੰ ਤਾਂ ਉਹ ਜਾਦੂ ਦਾ ਪਤਾ ਹੈਗੇ ਹੋਰ ਤਾਂ ਨਹੀਂ ਕਿਸੇ ਦਾ ਪਤਾ ਹੈ ਓਕੇ ਮੈਨੂੰ ਤਾਂ ਉਹ ਜਾਦੂ ਦਾ ਪਤਾ ਹੋਰ ਕਿਸੇ ਦਾ ਨਹੀਂ ਪਤਾ ਅਤੇ ਸਾਡੇ ਨਾਲ ਬਹੁਤ ਕਹਿ ਸਕਦੇ ਐਨਾ ਗੱਲ ਕਰਦੀ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਬਹੁਤ ਸਾਰੇ ਘੈਂਟ ਮੁੰਡੇ ਜੁੜ ਗਏ ਨੇ ਅਤੇ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਬਿਕੋਜ਼ ਵੈਸੇ ਤਾਂ ਸਟੂਡੈਂਟ ਨੇ ਲਾਅ ਦੇ ਅਤੇ ਕੀ ਕਹਿਣਾ ਚਾਹੁੰਦੇ ਨੇ ਆਪਣੇ ਲਾਅ ਬਾਰੇ ਲਾਅ ਬਲੋਗ ਮੈਂ ਬਹੁਤ ਵਧੀਆ ਹੈ ਅਸੀਂ ਇੱਥੋਂ ਸਟੱਡੀ ਕਰ ਰਹੇ ਮੇਰਾ ਲਾਸਟ ਫਾਈਨਲ ਈਅਰ ਆ ਅਤੇ ਮੈਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਜੀ ਹਾਂਜੀ ਮੈਂ ਤਾਂ ਮੈਮ ਪੋਲੀਟੈਕਨਿਕ ਦਾ ਜੀ ਓ ਮਾਈ ਗਾਡ ਪਰ ਤਾਂ ਵੀ ਵਧੀਆ ਹੈ ਜੀ ਕੋਲੇਜ ਵੀ ਬਹੁਤ ਵਧੀਆ ਆ ਇੰਟਰਟੇਨਮੈਂਟ ਪੂਰੀ ਹੁੰਦੀ ਹੈ ਜੀ ਇੱਥੇ ਖੁਸ਼ ਆ ਸਾਰੇ ਜਾਣੇ ਅਤੇ ਸਰ ਅੱਜ ਆਏ ਹੈਗੇ ਅਰਮਾਨ ਸਰ ਅਤੇ ਤਾਨੀਆ ਮੈਮ ਅਤੇ ਫਿਲਮ ਉਹਨਾਂ ਦੀ ਮਤਲਬ ਵਧੀਆ ਆ ਟ੍ਰੇਲਰ ਦੇਖਿਆ ਅਸੀਂ ਅਤੇ ਉਹਨਾਂ ਨੂੰ ਮਤਲਬ ਬਹੁਤ ਬਹੁਤ ਆਪਣਾ ਮੁਬਾਰਕਾਂ ਹੋਣ ਮਤਲਬ ਆਪਾਂ ਵੀ ਸ਼ੇਅਰ ਕਰਾਂਗੇ ਜਿੰਨੀ ਕਾਰ ਬਿਲਕੁਲ ਕੋਈ ਉਸ ਫਿਲਮ ਦਾ ਗਾਣਾ ਜਾਂ ਕੋਈ ਡਾਇਲੋਗ ਯਾਦ ਹੈ ਉਹੀ ਜੀ ਮਤਲਬ ਮੈਂ ਇਹਨਾਂ ਕੁੜੀਆਂ 'ਚ ਇੰਟਰਸਟ ਨਹੀਂ ਰੱਖਦਾ ਮਤਲਬ ਤੂੰ ਥੋੜ੍ਹੀ ਜਿਹੀ ਇੰਟਰਸਟ ਆ ਮੈਂ ਵੀ ਮੁੰਡਿਆਂ 'ਚ ਇੰਟਰਸਟ ਨਹੀਂ ਰਹਿੰਦੀ ਇਹ ਡਾਇਲੋਗ ਹੈ ਜੀ ਉਹਦਾ ਹਾਂਜੀ ਕੋਈ ਗੀਤ ਸੁਣਾਉਣਾ ਚਾਹੋਗੇ ਨਹੀਂ ਮੈਮ ਗੀਤ ਕੋਈ ਤਾਂ ਮੁੰਡਾ ਚੱਲ ਗਿਆ ਕਿੱਥੇ ਗਾਣਾ ਸੁਣਾ ਉਹ ਮੁੰਡਾ ਹੁਣੇ ਗਿਆ ਮੈਮ ਜਿਹੜਾ ਤੁਹਾਡੇ ਸਾਹਮਣੇ ਪੇਸ਼ਕਾਰੀ ਕੀਤੀ ਸੀ ਉਹਨਾਂ ਤੋਂ ਸੁਣ ਵੀ ਲਿੱਤਾ ਸੀ ਗਾਣਾ ਇੱਕ ਮੈਮ ਹੋ ਰਿਹਾ ਸਾਡਾ ਬਲਰਾਜ ਉਹਨਾਂ ਤੋਂ ਸੁਣ
ਬਹੁਤ ਵਧੀਆ ਗਾਉਂਦਾ ਉਹ ਵੀ ਆਓ ਕਿਸੇ ਹੋਰ ਦੇ ਨਾਲ ਵੀ ਕਰਦੇ ਹਾਂ ਜੀ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਸ਼ੌ ਵਾਓ ਜਿਹੜੀ ਤੁਸੀਂ ਦਸਤਾਰ ਸਜਾਈਏ ਬਹੁਤ ਸੋਹਣੀ ਸਜਾਈਏ ਕਿਹਨਾਂ ਨੇ ਪੱਗ ਬੰਨੀ ਹੈ ਮੈਂ ਆਪ ਹੀ ਬੰਨਦੀ ਆਪ ਹੀ ਬੰਨੀ ਹੈ ਸੱਚੀ ਹਾਂ ਜੀ ਮੈਂ ਆਪ ਹੀ ਬੰਨਦਾ ਕਿੰਨੇ ਟਾਈਮ 'ਚ ਰੈਡੀ ਹੋ ਜਾਂਦੀ ਹੈ 5 ਮਿੰਟਾਂ 'ਚ 5 ਮਿੰਟਾਂ ਵਿੱਚ ਕਿੰਨੇ ਮੀਟਰ ਦੀ ਪੱਗ ਹੈ 8 ਮੀਟਰ ਦੀ ਕੀ ਬਾਤ ਹੈ ਵੈਸੇ ਪਹਿਲਾਂ ਤਾਂ ਕਿਸੇ ਤੋਂ ਸਿੱਖੀ ਹੋਏਗੀ ਕਿ ਇੱਕਦਮ ਹੀ ਆਪਿਆ ਪਾ ਗਈ ਆਪ ਹੀ ਬੰਨਦਾ ਸ਼ੁਰੂ ਤੋਂ ਫੈਮਿਲੀ 'ਚ ਹੋਰ ਕੌਣ ਬੰਨਦਾ ਪਾਪਾ ਓਕੇ ਤੁਸੀਂ ਬੋਲਣਾ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਬੋਲਣਾ ਮੈਂ ਨਹੀਂ ਬੋਲਣਾ ਕੋਈ ਵੀ ਕਿਉਂ ਨਹੀਂ ਬੋਲਣਾ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਬੀਏ ਕਰਦਾ ਫਾਈਨਲ ਹੀ ਓਕੇ ਮੈਂ ਨਹੀਂ ਬੋਲਣਾ ਕਿੰਨੀਆਂ ਸਾਰੀਆਂ ਗੱਲਾਂ ਵੀ ਕਰ ਲਈਆਂ ਬਟ ਮੈਂ ਨਹੀਂ ਬੋਲਣਾ ਫੈਮਿਲੀ 'ਚ ਹੋਰ ਕੌਣ ਕੌਣ ਹੈ ਫੈਮਿਲੀ ਜਿੰਨੇ ਬੰਦੇ ਹੁੰਦੇ ਉਹੀ ਆ ਨਹੀਂ ਕਈਆਂ ਦੇ 7 ਹੁੰਦੇ ਕਈਆਂ ਦੇ 4 ਹੁੰਦੇ ਕਈਆਂ ਦੇ 3 ਹੁੰਦੇ ਕਈਆਂ ਦੇ 2 ਹੁੰਦੇ ਹਾਂ 2 ਹਮਾਰੇ 2 ਨਹੀਂ ਸਾਡੇ ਹੈ ਨਹੀਂ ਹਮਾਰੇ 2 ਵਾਲਾ ਕੰਮ ਨਹੀਂ ਹੱਲੇ ਅੱਛਾ ਪਹਿਲੇ ਕਿੱਥੇ ਪੜਦੇ ਸੀ ਡੀਏਵੀ ਓਕੇ ਓਕੇ ਅੱਛਾ ਦਸੂਏ ਦੇ ਰਹਿਣ ਵਾਲੇ ਹੋ ਠੀਕ ਹੈ ਤੇ ਅੱਜ ਸਪੈਸ਼ਲੀ ਐਡਮਿਸ਼ਨ ਕਰਵਾਉਣ ਆਏ ਸੀ ਜਾਂ ਕੁਝ ਹੋਰ ਵੀ ਚੱਕਰ ਵਕਰ ਹੈ ਸ਼ੁਗਲ ਮੇਲਾ ਦੇਖਣ ਆ ਗਏ ਬਾਦ ਐਡਮਿਸ਼ਨ ਤਾਂ ਇੱਕ ਨੇ ਕਰਾਉਣੀ ਬੰਦੇ 5 ਆਏ ਆ ਮਾਈ ਗॉड ਸ਼ੁਗਲ ਮੇਲਾ ਵੀ ਚੱਲਦਾ ਲਾਈਵ ਤੇ ਕਰਨਾ ਵੀ ਚਾਹੀਦਾ ਆਓ ਕਿਸੇ ਹੋਰ ਦਿਨ ਵੀ ਕਰਦੇ ਆ ਗੱਲ ਬਸ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਨਾ ਲੜਦੀਆਂ ਬੇਪਰਵਾਹ ਦੇ ਨਾਲ ਅੱਖੀਆਂ ਵਿੱਚ ਕਜਲਾ ਨਾ ਪਾਉਂਦੀ ਨਾ ਲੱਗਦੀ ਜਾਗ ਮੁਹੱਬਤਾਂ ਦੀ ਦਿਲ ਨਾ ਲਾਉਂਦੀ ਨਾ ਪਛਤਾਉਂਦੀ ਮੇਰਾ ਰੂਪ ਚਨਾ ਦੀਆਂ ਲਹਿਰਾਂ ਰੂਪ ਚਨਾ ਦੀਆਂ ਲਹਿਰਾਂ ਵੇ ਕਿਉਂ ਵਿੱਚ ਤਰਿਆ ਨਹੀਂ ਜਾਂਦਾ ਤੂੰ ਗੈਰਾਂ ਨਾਲ ਹੱਸਦਾ ਵੇਖ ਕੇ ਜਰਿਆ ਨਹੀਂ ਜਾਂਦਾ ਵੇ ਤੂੰ ਗੈਰਾਂ ਨਾਲ ਹੱਸਦਾ ਵੇਖ ਕੇ ਜਰਿਆ ਨਹੀਂ ਜਾਂਦਾ ਵੇ ਤੂੰ ਗੈਰਾਂ ਨਾਲ ਹੱਸਦਾ ਵੇਖ ਕੇ ਜਰਿਆ ਨਹੀਂ ਜਾਂਦਾ ਥੈਂਕ ਯੂ ਜੀ ਥੈਂਕ ਯੂ ਸੋ ਵਾਂਸ ਅਗੇਨ ਇੱਕ ਵਾਰ ਫੇਰ ਤੁਹਾਡੇ ਰੂਬਰੂ ਲੈ ਕੇ ਆਈ ਸੀ ਤੁਹਾਡਾ ਆਪਣਾ ਪ੍ਰੋਗਰਾਮ ਪਬਲਿਕ ਮਸਤੀ ਜਿਹਦੇ ਵਿੱਚ ਬਹੁਤ ਸਾਰੀ ਕੀਤੀ ਹੈ ਮਸਤੀ ਤੇ ਬਹੁਤ ਸਾਰੇ ਸੁਣੇ ਨੇ ਗੀਤ ਤੇ ਤੁਹਾਨੂੰ ਵੀ ਪ੍ਰੋਗਰਾਮ ਲੱਗਦਾ ਕਿਵੇਂ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਤੁਸੀਂ ਬਣੇ ਰਹੋ ਸੇਂਟ ਸੋਲ ਦੇ ਟਾਈਮ ਦੇ ਨਾਲ ਫੇਸਬੁੱਕ ਔਰ ਯੂਟਿਊਬ ਤੇ ਕੈਮਰਾਮੈਨ ਵਿਨੋਦ ਦੇ ਨਾਲ ਕੋਮਲ